ਬੀਗ ਫਾਰਮਿੰਗ ਦੇ ਵਿੱਚ ਸਭ ਤੋਂ ਵਧੀਆ ਬੈਨੀਫਿਟ ਏ ਇਹ ਵੀ ਇਹਦੇ ਵਿੱਚ ਸਵੇਰ ਸ਼ਾਮ ਦਾ ਜਿਆਦਾ ਕੰਮ ਹੈ ਵੀ ਜਦੋਂ ਇਕੱਠੇ ਵਿਕਦੇ ਐ ਉਹ ਤੋਂ ਕਾਫੀ ਪੈਸੇ ਆ ਜਾਂਦੇ ਨੇ ਤੇ ਨਹੀਂ ਤਾਂ ਏਟੀਐਮ ਹੈ ਇਹ ਇੱਕ ਜਿਮੀਦਾਰ ਦਾ ਜਿਹੜਾ ਵੀ ਬੰਦਾ ਇਹਨੂੰ ਸੂਰ ਪਾਲਨ ਨੂੰ ਇਹ ਏਟੀਐਮ ਹੈ ਜਦੋਂ ਤੁਹਾਨੂੰ ਪੈਸਿਆਂ ਦੀ ਲੋੜ ਹੈ ਇੱਕ ਜਾਨਵਰ ਵੇਚ ਦਿਓ 15 ਤੋਂ 20000 ਦਾ ਤੁਹਾਨੂੰ ਪੈਸੇ ਨਾਲ ਟਾਈਮ ਪਾਸ ਹੋ ਜਾਂਦਾ ਹੈਗਾ ਇਹ ਸੂਰ ਪਾਲਨ ਵੀਰੇ ਛੋਟੇ ਪੱਧਰ ਤੋਂ ਕਰਕੇ ਆਪਾਂ ਤੇ ਨੂੰ ਜਿੰਨੇ ਮਰਜ਼ੀ ਵੱਡੇ ਲਾਰਜ ਸਕੇਲ ਤੇ ਨੂੰ ਲੈ ਜਾ ਸਕਦੇ ਹਾਂ ਇਹ ਕੋਲੇ ਤਿੰਨ ਬਰੀਡਾਂ ਹੈਗੀਆਂ ਡੀ ਰੌਕ ਹੈ ਜੌਰਕ ਸ਼ਾਹਿਰ ਹੈ ਕ੍ਰੋਸ ਬਰੀਡ ਡੀ ਰੌਕ ਦਾ ਤੇ ਜੌਰਕ ਸ਼ਾਹਿਰ ਦਾ ਹੈਮ ਸ਼ਾਹਿਰ ਹੈ ਲੈਂਡਰਸ ਵੀ ਹੈ ਇਹ ਬਰੀਡਾਂ ਬੜੇ ਚੱਲਦੀਆਂ ਜਾਂਦਾ ਇਹ ਸਾਰੀਆਂ ਹੈਗੀਆਂ ਇਹ ਇੰਨਾ ਸਾਫ ਸੁਥਰਾ ਤੇ ਸਿਆਣਾ ਜਾਨਵਰ ਹੈ ਸੂਰ ਇੱਕ ਤੁਸੀਂ ਰੂਮ ਦੇ ਵਿੱਚ 14x14 ਕਿਸੇ ਕੋਲੇ 10x10 ਦਾ ਕੋਈ 20x20 ਦਾ ਵੀ ਹੋ ਸਕਦਾ ਹੈ ਉਹਦੇ ਵਿੱਚ ਚਾਹੇ ਤੁਸੀਂ 20 ਜਨਵਾਰ ਛੱਡ ਦਿਓ ਪਹਿਲੇ ਦਿਨ ਜ਼ਰੂਰ ਇਹ ਖਲਿਆਰਾ ਪਾਉਣੀ ਹੈ ਉੱਥੇ ਕਿਉਂ ਨਵੇਂ ਆਏ ਹੁੰਦੇ ਆ ਜ਼ਰੂਨ ਦੇ ਵਿੱਚ ਦੂਜੇ ਦਿਨ ਤੁਸੀਂ ਆਪ ਜਾ ਕੇ ਹੁਣ ਤੁਸੀਂ ਫਰਮ ਚੈੱਕ ਕਰਿਓ ਇਹਨਾਂ ਨੇ ਇੱਕ ਚੁੰਡ ਦੇ ਉੱਤੇ ਇੱਕ ਜਗ੍ਹਾ ਨਾਬਲਾਣੀ ਹੈ ਉੱਥੇ ਲੈਟਰਨਿੰਗ ਬਾਥਰੂਮ ਕਰਨਾ ਹੈ ਦੂਸਰਾ ਸਾਰਾ ਦਿਨ ਸੁਰਾਂ ਨੇ ਸਾਫ਼ ਸਥਾਨ ਤੇ ਬਿਠਣਾ ਹੈ ਸਾਰਿਆਂ ਨੇ ਇਹ ਨਹੀਂ ਇੱਕ ਨੇ ਇੱਕ ਵੀ ਜਾਨਵਰ ਇਹ ਨਾ ਹੋਵੇ ਵੀ ਇੱਧਰ ਉੱਧਰ ਕਰੋ ਜਿੱਥੇ ਖਾਣਾ ਖਾਈ ਜਾਂਦੇ ਆ ਉੱਥੇ ਕਰਤਾ ਜਾਂ ਜਿੱਥੇ ਬਹਿੰਦੇ ਜਿੱਥੇ ਇਹਨਾਂ ਨੇ ਬੈਠਣਾ ਸਭ ਤੋਂ ਸਾਫ਼ ਜਗ੍ਹਾ ਸੁਰਾਂ ਦੀ ਉਹ ਹੁੰਦੀ ਜਾਏਗੀ ਮੈਂ 2018 ਤੋਂ ਐ ਜਿਹੜਾ ਤੇ ਫਾਰਮਿੰਗ ਕਰਦੇ ਆਂਗਾ ਮੈਂ ਤੇ ਮੇਰਾ ਕਜ਼ਨ ਬ੍ਰਦਰ ਅਸ਼ਪਿੰਦਰ ਐ 2011 ਤੋਂ ਅਦਾਰਸ਼ ਸਕੂਲ ਦੇ ਵਿੱਚ ਨੌਕਰੀ ਵੀ ਕੀਤੀ ਐ ਐ 2018 ਤੱਕ ਕੀਤੀ ਐ 8 ਸਾਲ ਨੌਕਰੀ ਕੀਤੀ ਐ ਤੇ 18 ਦੇ ਵਿੱਚ ਮੈਂ ਫਾਰਮਿੰਗ ਕਰ ਲਿਆ ਮੈਂ ਜੋਬ ਕਰਦੈ ਨੇ ਸੋਚ ਲਿਆ ਸੀਗਾ ਵੀ ਮੈਂ ਜੋਬ ਛੱਡ ਕੇ ਇੱਧਰ ਆਉਣ ਐ ਐ ਸੂਰ ਪਾਲਣ ਵੀਰੇ ਛੋਟੇ ਪੱਧਰ ਤੋਂ ਕਰਕੇ ਆਪਾਂ ਤੈਨੂੰ ਜਿੰਨੇ ਮਰਜ਼ੀ ਵੱਡੇ ਲਾਰਜ ਸਕੇਲ ਤੇਨੂੰ ਲੈ ਜਾ ਸਕਦੇ ਆ ਪਰ ਅੱਜ ਦੇ ਜਿਹੜਾ ਯੁੱਗ ਹੈ ਜਿਹੜਾ ਟਾਈਮ ਹੈ ਹਨਾ ਉਹ ਚੱਲੀ ਜਾਂਦਾ ਵੀ ਜਦੋਂ ਆਪਾਂ ਕੋਈ ਕੰਮ ਸ਼ੁਰੂ ਕਰਦੇ ਆ ਉਦੋਂ ਆਪਣੀ ਸੋਚ ਕੁਝ ਹੋਰ ਹੁੰਦੀ ਹੈ ਜਦੋਂ ਫਾਰਮ ਕਰ ਲਈਏ ਉਦੋਂ ਆਪਾਂ ਨੂੰ ਇਹ ਲੱਗਣ ਲੱਗਦਾ ਲੱਖ ਰੁਪਈਆ ਮਹੀਨਾ ਆਵੇ ਲੱਖ ਆਉਂਦਾ ਤਾਂ ਦੋ ਆਵੇ ਨਾ ਯਾਰ ਫੇਰ ਕਰੀਏ ਹਨਾ ਉਦੋਂ ਫਿਰ ਕੁਝ ਫਾਰਮ ਫੇਲ ਹੋ ਜਾਂਦੇ ਆ ਵੀ ਕੀਤਾ ਜਦੋਂ ਬਜਟ ਆਪੇ ਨਾਲ ਛੋਟਾ ਹੈ ਤੇ ਜੇ ਆਪਾਂ ਕਮਾਈ ਜ਼ਿਆਦਾ ਸੋਚਾਂਗੇ ਕਈ ਵਾਰ ਕਮਾਈ ਨਹੀਂ ਆਉਂਦੀ ਉਨੀ ਜ਼ਿਆਦਾ ਤੇ ਕੁਝ ਲੋਕ ਛੱਡ ਜਾਂਦੇ ਆ ਜਿਵੇਂ ਪਰ ਸੂਰਪਾਲਾਂ ਤੋਂ ਮੈਨੂੰ ਲੱਗਦਾ ਨਹੀਂ ਵੀ ਇਹਦੇ ਜਿੰਨੀ ਕਮਾਈ ਕਿਸੇ ਹੋਰ ਧੰਦੇ ਦੇ ਵਿੱਚੋਂ ਹੈਗੀ ਹੈ ਪਿਗ ਫਾਰਮਿੰਗ ਦੇ ਵਿੱਚ ਸਭ ਤੋਂ ਵਧੀਆ ਬੈਨੀਫਿਟ ਇਹ ਹੈ ਵੀ ਇਹਦੇ ਵਿੱਚ ਸਵੇਰ ਸ਼ਾਮ ਦਾ ਜ਼ਿਆਦਾ ਕੰਮ ਹੈ ਤੁਸੀਂ ਦੁਪਹਿਰੇ ਪੰਜ ਚਾਰ ਘੰਟੇ ਆਪ ਦਾ ਆਰਾਮ ਨਾਲ ਸੌਂ ਸਕਦੇ ਹੋ ਜਾ ਵੀ ਸਕਦੇ ਹੋ ਇੱਧਰ ਉੱਧਰ ਜੇ ਤੁਹਾਡੇ ਕੋਲੇ ਲੇਬਰ ਹੈ ਇੱਕ ਦਿਨ ਫਾਰਮ ਤੇ ਨਾ ਵੀ ਆਵਾਂਗੇ ਦੋ ਦਿਨ ਟਾਈਮ ਚੱਲ ਜਾਂਦਾ ਹੈਗਾ ਤੇ ਸਵੇਰ ਸ਼ਾਮ ਇਹਨੂੰ ਫੀਡ ਪਾਉਣੀ ਹੈ ਲੇਬਰ ਦੀ ਜ਼ਰੂਰਤ ਵੀ ਨਹੀਂ ਜੇ ਲੇਬਰ ਚਲੀ ਜਾਵੇ ਆਪ ਵੀ ਆਪੇ ਇਹ ਕੰਮ ਕਰ ਸਕਦੇ ਆ ਕਿਸੇ ਦੀ ਸਹਾਈਤਾ ਦੀ ਲੋੜ ਨਹੀਂ ਹੈਗੀ ਫੀਡ ਪਾ ਕੇ ਤੇ ਸਫਾਈ ਕਰਨੀ ਹੈ ਹੋਰ ਕੋਈ ਨਹੀਂ ਮੱਝਾਂ ਗਾਵਾਂ ਵਾਂਗੂ ਚੋਣੀਆਂ ਜਾਂ ਬਾਹਰ ਬੰਨਣੀਆਂ ਹੈ ਨਾ ਇਸ ਸੀਮਤ ਜੀ ਜਗ੍ਹਾ ਦੇ ਵਿੱਚ ਰਹਿੰਦੇ ਹੁੰਦੇ ਆ ਉੱਥੇ ਇਹਨਾਂ ਨੂੰ ਖਾਣਾ ਖਵਾ ਕੇ ਵਾਸ਼ ਕਰਕੇ ਆਪਾਂ ਫ੍ਰੀ ਹੋ ਸਕਦੇ ਆ ਕੋਲੇ 3.5 ਸੌ ਐਨੀਮਲ ਹੈਗੇ ਵੀਰੇ 2.5 ਸੌ ਇੱਥੇ ਹੈ ਤੇ 1.5 140 ਕਿ ਜਾਨਵਰ ਇੱਕ ਛੱਡੇ ਮੇਰਾ ਹੋਰ ਹੈ ਉੱਥੇ ਹੈਗੇ ਸੂਰਾਂ ਦਾ ਨਾਮ ਲੈ ਲੈਣੇ ਤਾਂ ਇਹ ਲੈ ਦਿਨ ਹੀ ਜਾਂਦੀ ਆ ਗਲੀਆਂ ਨਾਲੀਆਂ ਵਾਲੇ ਸੁਰਾਂ ਦੇ ਉੱਤੇ ਹਨਾ ਤਿੰਨ ਨਹੀਂ ਪਰ ਇਹ ਤਾਂ ਸਾਫ ਸੁਥਰਾ ਫਰਸ਼ ਤੇ ਰਹਿਣ ਵਾਲਾ ਜਾਨਵਰ ਹੈ ਸੰਭਾਲ ਕੋਈ ਬਹੁਤੀ ਔਖੀ ਨਹੀਂ ਇਹਦੀ ਫੀਡ ਪਾਓ ਪਰਮ ਨੂੰ ਧੋ ਦਿਓ ਫਰਸ਼ ਨੂੰ ਤੇ ਸਾਰਾ ਦਿਨ ਇਹਨੇ ਸੁੱਤਾ ਰਹਿਣਾ ਕੋਈ ਇਹਨੂੰ ਬਾਹਰ ਲਿਆਂਦੀ ਲੋੜ ਨਹੀਂ ਕੁਛ ਨਹੀਂ ਖਾਣਾ ਤੇ ਸੌਣੇ ਦੇ ਵਧਨੇ ਜਿਵੇਂ ਤੁਸੀਂ ਕਹੇ ਵੀ ਕਿਵੇਂ ਸੰਭਾਲ ਸੰਭਾਲ ਲੈ ਉਹ ਤਾਂ ਐ ਜਿਵੇਂ ਵੀਰੇ 14x14 ਦੇ ਰੂਮ ਬਣੇ ਵੀਰੇ ਮੇਰੇ ਛੱਡ ਦੇ ਵਿੱਚ 40x100 ਦਾ ਛੱਡ ਹੈ ਇੱਕ ਪਾਸੇ 14 ਬਾਈ 14 ਦੇ ਰੂਮ ਹੈ ਵਿਚਾਲੇ ਸੈਂਟਰ ਦੇ ਵਿੱਚ 12 ਬਾਈ 12 ਦੇ ਇੱਕ ਸਾਈਡ ਦੇ ਉੱਤੇ ਡਿਲੀਵਰੀ ਰੂਮ ਹੈ 7 ਬਾਈ 6 ਦੇ ਇੱਕ ਇਹ ਇੰਨਾ ਸਾਫ ਸੁਥਰਾ ਤੇ ਸਿਆਣਾ ਜਾਨਵਰ ਹੈ ਸੂਰ ਇੱਕ ਤੁਸੀਂ ਰੂਮ ਦੇ ਵਿੱਚ 14 ਬਾਈ 14 ਕਿਸੇ ਕੋਲੇ 10 ਬਜ 10 ਦਾ ਕੋਈ 20 ਬਾਈ 20 ਦਾ ਵੀ ਹੋ ਸਕਦਾ ਉਹਦੇ ਵਿੱਚ ਚਾਹੇ ਤੁਸੀਂ 20 ਜਨਵਰੀ ਛੱਡ ਦਿਓ ਪਹਿਲੇ ਦਿਨ ਜਰੂਰ ਇਹ ਖਲਿਆਰਾ ਪਾਉਣਗੇ ਉੱਥੇ ਕਿਉਂ ਨਵੇਂ ਆਏ ਹੁੰਦੇ ਆਸ ਰੂਮ ਦੇ ਵਿੱਚ ਦੂਜੇ ਦਿਨ ਤੁਸੀਂ ਆਪ ਜਾ ਕੇ ਹੁਣ ਤੁਸੀਂ ਫਾਰਮ ਚੈੱਕ ਕਰਿਓ ਇਹਨਾਂ ਨੇ ਇੱਕ ਚੁੰਡ ਦੇ ਉੱਤੇ ਇੱਕ ਜਗ੍ਹਾ ਨਾਪਲਣੀ ਹੈ ਉੱਥੇ ਲੈਟਰਿੰਗ ਬਾਥਰੂਮ ਕਰਨਾ ਹੈ ਦੂਸਰਾ ਸਾਰਾ ਦਿਨ ਸੂਰਾਂ ਨੇ ਸਾਫ਼ ਸਥਾਨ 'ਤੇ ਬਿਠਣਾ ਹੈ ਸਾਰਿਆਂ ਨੇ ਇਹ ਨਹੀਂ ਇੱਕ ਨੇ ਇੱਕ ਵੀ ਜਾਨਵਰ ਇਹ ਨਾ ਹੋਊਗਾ ਵੀ ਇੱਧਰ ਉੱਧਰ ਕਰੂ ਜਿੱਥੇ ਖਾਣਾ ਖਾਈ ਜਾਂਦੇ ਆ ਉੱਥੇ ਕਰਤਾ ਜਾਂ ਜਿੱਥੇ ਬੈਂਦੇ ਜਿੱਥੇ ਇਹਨਾਂ ਨੇ ਬੈਠਣਾ ਸਭ ਤੋਂ ਸਾਫ਼ ਜਗ੍ਹਾ ਸੁਰਾਂ ਦੀ ਉਹ ਹੁੰਦੀ ਜਾਏਗੀ ਐਂ ਵੀਰੇ ਜਦੋਂ ਮੈਂ ਆਇਆ ਉਦੋਂ ਨਾ ਇਹ ਉਦੋਂ ਜਦੋਂ ਅਸੀਂ ਇਹ ਕੀਤਾ ਸੀ ਮੈਂ 12 ਲੱਖ ਰੁਪਇਆ ਛੱਡ ਤੇ ਲਾਇਆ ਸੀ ਤੇ 1.5 ਲੱਖ ਦੇ ਐਨੀਮਲ ਲੈ ਕੇ ਆਇਆ ਸੀ 2018 ਦੇ ਵਿੱਚ ਉਦੋਂ ਸੂਰਾਂ ਦਾ ਰੇਟ ਸੀਗਾ 110 ਰੁਪਏ ਪਰ ਕੇ ਜੀ ਪਰ ਜਦੋਂ ਆਪਾਂ ਪ੍ਰੈਗਨੈਂਟ ਫੀਮੇਲ ਲੈਣੇ ਆ ਫਾਰਮਿੰਗ ਤੋਂ ਫਾਰਮ ਲੈਣੇ ਉਹਦੋਂ ਕਾਸਟਲੀ ਵੀ ਪੈਂਦੀਆਂ ਮੈਂ 200 ਰੁਪਏ ਕਿਲੋ ਲਈਆਂ ਸੀਗੀਆਂ ਉਦੋਂ ਤੇ ਉਦੋਂ ਬਾਅਦ ਤਾਂ ਕੁਛ ਲਿਆ ਹੀ ਨਹੀਂਗਾ ਆਪਣੇ ਆਪ ਦੇ ਫਾਰਮ ਤੇ ਉੱਥੇ ਹੀ ਵਧੇ ਨੇ ਸਾਰੇ ਜਾਨਵਰ ਸੇਲ ਵੀ ਕਰ ਲਈਦੇ ਐ ਤੇ ਵਧੀਆ ਹੈਗਾ ਹੈਗਾ ਹੁਣ ਠੀਕ ਹੈ ਉਦੋਂ ਖਰਚਾ ਆਇਆ ਸੀਗਾ 12 ਲੱਖ ਛੱਡਤੇ ਸੀ ਸਾਡੇ 1.5 ਲੱਖ ਦੀਆਂ ਫੀਮੇਲਾਂ ਲਈਆਂ ਸੀਗੀਆਂ ਉਦੋਂ ਛੱਡਤੇ ਖਰਚਾ ਥੋੜਾ ਜ਼ਿਆਦਾ ਕਰਤਾ ਸੀ ਜੇ ਹੁਣ ਅਸੀਂ ਛੱਡ ਪਾਉਣਾ ਹੋਵੇ ਤਾਂ ਮੈਨੂੰ ਲੱਗਦਾ 5 ਕੇ 5.5 ਲੱਖ ਨਾਲ ਹੀ ਡੰਗ ਲਾ ਲਈਏ ਤੇ ਸੂਰ 10 ਲੱਖ ਦੇ ਲੈ ਕੇ ਜੀ ਅਸੀਂ ਉਹਦੇ ਉਲਟ ਕਰ ਲਿਆ ਸੀਗਾ ਤੇ ਕਿਉਂਕਿ ਕਮਾਈ ਤਾਂ ਆਪਾਂ ਨੂੰ ਸੂਰਾਂ ਨੇ ਦੇਣੀਆਂ ਨਾ ਕਿ ਛੱਡ ਨੇ ਦੇਣੀਆਂ ਛੱਡ ਦੇ ਉੱਤੇ ਤਾਂ ਖਰਚਾ ਕਰਨੇ ਨਹੀਂ ਚਾਹੀਦਾ ਆਪਣਾ ਵੀਰੇ 40 बाई 40 ਦਾ ਛੱਡ ਹੈ ਪ੍ਰੋਪਰ ਬੰਦ ਛੱਡ ਹੈ ਸਾਈਡਾਂ ਤੇ ਜਾਲੀ ਲੱਗੀ ਹੋਈ ਹੈ ਤੇ ਤਾਂ ਬਾਂਸ ਦੀ ਛੱਤ ਪਾਈ ਵੀ ਹੈ ਜਿਹੜੀ ਕਿ ਬਹੁਤ ਹੀ ਸਸਤੀ ਵੀ ਹੈ ਤੇ ਸੋਹਣੀ ਵੀ ਲੱਗਦੀ ਐ ਠੰਡੀ ਵੀ ਐ ਗਰਮੀਆਂ ਦੇ ਵਿੱਚ ਠੰਡੀ ਸਰਦੀਆਂ ਦੇ ਵਿੱਚ ਗਰਮ ਆਂਗੀ ਸਸਤੀ ਐ ਪਰ ਉਹ ਹਨਾ ਉਹ ਐ ਵੀ ਜ਼ਿਮੀਦਾਰਾਂ ਦੇ ਕਹਿਣਾਂ ਵਾਂਗੂ ਵੀ ਜਦੋਂ ਇਕੱਠੇ ਵਿਕਦੇ ਐ ਉਹ ਤੋਂ ਕਾਫੀ ਪੈਸੇ ਆ ਜਾਂਦੇ ਨੇ ਤੇ ਨਹੀਂ ਤਾਂ ਏਟੀਐਮ ਐ ਇਹ ਇੱਕ ਜ਼ਿਮੀਦਾਰ ਦਾ ਜਿਹੜਾ ਵੀ ਬੰਦਾ ਇਹਨੂੰ ਸੂਰਪਾਰਮਿੰਗ ਇਹ ਏਟੀਐਮ ਐ ਜਦੋਂ ਤੁਹਾਨੂੰ ਪੈਸਿਆਂ ਦੀ ਲੋੜ ਐ ਇੱਕ ਜਾਨਵਰ ਵੇਚ ਦਿਓ 15 ਤੋਂ 20 ਹਜ਼ਾਰ ਦਾ ਤੁਹਾਨੂੰ ਪੈਸੇ ਨਾ ਟਾਈਮ ਪਾਸ ਹੋ ਜਾਂਦਾ ਹੈਗਾ ਉਹ ਜੇ ਵੇਖੀਏ ਵੀ ਇਹ 40 ਤੋਂ 50% ਮਾਰਚ ਨੇ ਹੈਗਾ ਤੇ ਅੱਜ ਸੂਰ 350 ਸੂਰ ਹੈ ਜੇ ਆਪਾਂ ਮੋਟਾ-ਮੋਟਾ ਜੇ ਵੇਖ ਲਈਏ 35-40 ਲੱਖ ਰੁਪਏ ਦੇ ਧੱਤੂ ਸਿੱਟਮੀ ਹੈਗੇ ਛੋਟੇ ਵੱਡੇ ਨਾਲ ਕੇ ਜੇ ਤੇ ਸੂਰਜ ਹੈ ਜਿਆ ਕਮ ਹੈ ਵੀ ਇਹਨੂੰ ਜਿੰਨਾ ਮਰਜ਼ੀ ਵਧਾ ਵੀ ਸਕਦੇ ਆ ਆਪਾਂ ਤੇ ਕਮਾਈ ਵੀ ਜਿੰਨੀ ਮਰਜ਼ੀ ਲੈ ਲਓ ਇਹਦੇ ਵਿੱਚ ਇਹਦੇ ਚਾਹੀ ਨਹੀਂ ਵੀ ਆਪਾਂ ਸੀਮਤ ਦਹਿਰੇ ਦੇ ਵਿੱਚ ਰਹਿ ਕੇ ਕੀ ਕਰ ਸਕਦੇ ਆ ਠੀਕ ਕਿ ਵੀ ਮੈਲ ਦਾ ਵੀਰੇ 114 ਕਿ ਦਿਨਾਂ ਦਾ ਪ੍ਰੈਗਨੈਂਸੀ ਪੀੜ ਹੈਗੇ ਜਦੋਂ ਉਹ 80 ਕਿਲੋ ਦੇ ਹੋ ਜਾਂਦੇ ਵੈਸੀ ਫਾਰਮਿੰਗ 50 ਕਿਲੋ ਵਾਲੀ ਨੂੰ ਵੀ ਕਰਾਸ ਕਰਾ ਦਿੰਦੇ ਆ ਅਸੀਂ 70 80 ਕਿਲੋ ਵਾਲੀ ਨੂੰ ਕਰਾਉਣੀ ਵਿੱਚ ਫਾਰਮਰ 100 ਕਿਲੋ ਵਾਲੀ ਨੂੰ ਵੀ ਕਰਾਉਂਦੇ ਨੇ ਆਪ ਦਾ ਆਪ ਦਾ ਐਕਸਪੀਰੀਅੰਸ ਹੈ ਤੇ ਜਿੰਨੇ ਸੂਏ ਤ ਮਰਜੀ ਲੈ ਲੋ ਇਹਦੇ ਤੋਂ ਠੀਕ ਹੈ ਵੈਸੇ ਨਾ ਫਾਰਮਰ 2 ਜਾਂ 3 ਸੂਏ ਲੈਂਦਾ ਉਦੋਂ ਫੀਮੇਲ ਵੈਸੇ 200 ਕਿਲੋ ਦੀ ਹੋ ਜਾਂਦੀ ਹੈ ਤੇ 200 ਕਿਲੋ ਤੋਂ ਜਦੋਂ ਕਰਾਸ ਹੋ ਜੇ 40 50 ਹਜ਼ਾਰ ਦੀ ਹੋ ਜਾਂਦੀ ਹੈ ਫਿਰ ਅਗਲੇ ਨਾ ਹੁੰਦਾ ਆਪਾਂ 70 80 ਕਿਲੋ ਵਾਲੀ ਰੱਖ ਲਈਏ ਤਾਂ 50 ਹਜ਼ਾਰ ਤੋਂ ਵੱਟ ਲਿਗੇ ਹੈ ਨਾ ਉਹ ਤੇ ਬੱਚੇ ਆ ਜਿਹੜੇ ਕਿਸਮਤ ਹੈ ਕੁਦਰਤ ਹੈ 2 ਤੋਂ 1.5 18 ਬੱਚੇ ਵੀ ਦੇ ਦਿੰਦੀ ਹੈ ਐਵਰੇਜ ਹੈ ਜਿਹੜੀ 9 10 ਬੱਚਿਆਂ ਦੀ ਆਉਂਦੀ ਹੈ ਜਿਆਦਾ ਜੇ ਆਪ 9 10 ਬੱਚਿਆਂ ਦੀ ਕੇਅਰ ਕਰਕੇ ਪਾਲ ਲੀਏ ਵੱਡੇ ਕਰ ਲੀਏ ਕਾਮਯਾਬ ਫਾਰਮ ਆ ਰਹਾ ਆਪਾ ਅੱਛਾ ਭਾਈ ਜੀ ਵੀਰੇ ਜਿਹੜੇ ਇਹ ਆ ਵੀਰੇ ਸੂਰ ਹੈ ਫੀਡ ਦੇ ਉੱਤੇ ਆਪਾਂ ਕੰਮ ਕਰਦੇ ਆਂ ਫੀਡ ਦੇ ਉੱਤੇ 7 ਤੋਂ 8 ਮਹੀਨਿਆਂ ਦੇ ਵਿੱਚ ਹੋ ਜਾਂਦੇ ਜੇ ਕੁਝ ਵੇਸਟੇਜ ਵੀ ਪਾਲ ਲੈਣੇ ਆ ਵੇਸਟੇਜ ਦੇ ਵਿੱਚ 10 ਤੋਂ 11 ਮਹੀਨੇ ਲੱਗ ਜਾਂਦਾ ਉਹਦੇ ਤੇ ਖਰਚਾ ਘਟ ਜਾਂਦਾ ਟਾਈਮ ਵੱਧ ਲੱਗ ਜਾਂਦਾ ਖਰਚਾ ਘਟ ਜਾਂਦਾ ਫੀਡ ਦੇ ਉੱਤੇ 8 ਤੋਂ 10000 ਰੁਪਏ ਦਾ ਖਰਚਾ ਹੈ ਤੇ 체 ਤੋਂ 7 7.5 ਮਹੀਨਿਆਂ ਦੇ ਵਿੱਚ ਤਿਆਰ ਹੋ ਜਾਂਦਾ ਹੈ ਬਾਈ ਬਰਥ ਤੋਂ ਮੇਰੇ ਕੋਲੇ ਤਿੰਨ ਬਰੀਡਾਂ ਹੈਗੀਆਂ ਡੀ ਰੌਕ ਹੈ ਯੋਰਕਸ਼ਾਇਰ ਹੈ ਕ੍ਰਾਸ ਬਰੀਡ ਹੈ ਡੀ ਰੌਕ ਦਾ ਤੇ ਯੋਰਕਸ਼ਾਇਰ ਦਾ ਹੈਮਸ਼ਾਇਰ ਹੈ ਲੈਂਡਰਸ ਵੀ ਹੈ ਇਹ ਬਰੀਡਾਂ ਆਪਣੇ ਚੱਲਦੀਆਂ ਜਾਂਦਾ ਇਹ ਸਾਰੀਆਂ ਹੈਗੀਆਂ ਤੇ ਅਸਾਮ ਨਾਗਾਲੈਂਡ ਅਸਾਮ ਵਾਲੇ ਦੀ ਡਿਮਾਂਡ ਹੈਗੀ ਆ ਵੀਰੇ ਜੇ ਬਹੁਤ ਵੇਚਣ ਲੱਗ ਗਿਆ ਹੁਣ ਤਾਂ ਖਾਣ ਵੀ ਲੱਗੇ ਲੋਕ ਇਸ ਧੰਦੇ ਵੱਲ ਆਉਣ ਵੀ ਲੱਗੇ ਲੁਧਿਆਣੇ ਆਪਣੀ ਕਾਫੀ ਅੱਛੀ ਮਾਰਕੀਟ ਹੈ ਦਿੱਲੀ ਬਹੁਤ ਅੱਛੀ ਮਾਰਕੀਟ ਹੈ ਜਿੰਨੀ ਮਰਜ਼ੀ ਸੇਲ ਕਰ ਲੋ ਤੇ ਇੱਥੇ ਵੀ ਕੀ ਜਾਂਦਾ ਹੈਗਾ ਫੈਟਨਰ ਹੈ ਜਿਹੜੇ ਉੱਥੇ ਵਿਕਦੇ ਪ੍ਰੈਗਨੈਂਟ ਫੀਮੇਲ ਵੀ ਜਿਵੇਂ ਮੇਰਾ ਬਰੀਡਿੰਗ ਦਾ ਕੰਮ ਜ਼ਿਆਦਾ ਹੈ ਮੇਰੇ ਕੋਲ ਪ੍ਰੈਗਨੈਂਟ ਫੀਮੇਲ ਨਹੀਂ ਬਹੁਤ ਵਿਕਦੀਆਂ ਗਈਆਂ ਵੀਰੇ ਬਹੁਤ ਵੇਚਦੇ ਆਂਗੇ ਅਸੀਂ ਬੱਚੇ ਵੀ ਵੇਚ ਲਈਦੇ ਆ ਇੱਥੇ ਵੀ ਵਿਕ ਜਾਂਦੇ ਨੇ